a South Asian Canadian channel. ਕਿਸੇ ਵੀ ਸੂਬੇ ਵਿੱਚ ਕਿਸੇ ਵੀ ਦੇਸ਼ ਵਿੱਚ ਇਨਵੈਸਟਮੈਂਟ ਤਾਂ ਹੁੰਦੀ ਹੈ ਜੇ ਉੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਠੀਕ ਹੋਏ ਉਹ ਸੂਬੇ ਦੀ ਸਰਕਾਰ ਚੰਗੇ ਇਨਸੈਂਟਿਵ ਦੇ ਤੇ ਜਿਹੜੀ ਰੋ ਮਟੀਰੀਅਲ ਹੈ ਖਾਸ ਕਰਕੇ ਬਿਜਲੀ ਉਹ ਸੂਬੇ ਵਿੱਚ ਪੂਰੀ ਮਿਲਦੀ ਹੋਏ ਸਹੀ ਮੈਨੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਰਕਾਰ ਸੀ ਆਹ ਮਹਿਕਮਾ ਇਨਵੈਸਟ ਪੰਜਾਬ ਅਸੀਂ ਬਣਾਇਆ ਸੀ ਮਤਲਬ ਕੀ ਸੀ ਕਿ ਉਦੋਂ ਕਿਸੇ ਵੀ ਇੰਡਸਟਰੀਅਲਿਸਟ ਨੇ ਕੋਈ ਕੰਮ ਸ਼ੁਰੂ ਕਰਨਾ ਹੋਏ ਇਕੱਲੇ ਇੱਕ ਦਫ਼ਤਰ ਜਾਣ ਦੀ ਲੋੜ ਨਹੀਂ ਲੋੜ ਸੀ ਸਾਰੇ ਮਹਿਕਮਿਆਂ ਦੀ ਪਾਵਰ ਅਸੀਂ ਇੱਕ ਅਫਸਰ ਨੂੰ ਦੇਤੀ ਸੀ ਉਦੋਂ ਵਰਲਡ ਬੈਂਕ ਨੇ ਵੀ ਕਲਿੱਕ ਦੇ ਦੱਸਤਾ ਸੀ ਕਿ ਸਭ ਤੋਂ ਵਧੀਆ ਰਿਫੋਰਮਸ ਜੇ ਕਿਸੇ ਨੇ ਕੀਤਾ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਅਤੇ ਸਾਨੂੰ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਇੱਕ ਨੰਬਰ ਦੀ ਸੂਬਾ ਡਿਕਲੇਅਰ ਕੀਤਾ ਸੀ ਪੰਜਾਬ ਸਰਕਾਰ ਨੂੰ ਪਰ ਜਦੋਂ ਸਰਕਾਰ ਗਈ ਜਿਹੜਾ ਇਨਵੈਸਟ ਪੰਜਾਬ ਦਾ ਮਹਿਕਮਾ ਸੀ ਕੈਪਟਨ ਸਾਹਿਬ ਦੀ ਸਰਕਾਰ ਨੇ ਬਿਲਕੁਲ ਹੀ ਡਿਸਇਨਵੈਸਟ ਕਰ ਦਿੱਤਾ ਮਤਲਬ ਜਿਹੜੀਆਂ ਪਾਵਰ ਅਸੀਂ ਇੱਕ ਅਫਸਰ ਨੂੰ ਦਿੱਤੀਆਂ ਸੀ ਉਹ ਵਾਪਸ ਪਾਵਰ ਵਾਪਸ ਅਲੱਗ ਅਲੱਗ ਮਹਿਕਮਿਆਂ ਚਲੇ ਗਈਆਂ ਤਕਰੀਬਨ ਜੇ ਕਿਸੇ ਨੇ ਕੋਈ ਕਾਰਖਾਨਾ ਲਾਉਣਾ ਪੰਜਾਬ 'ਚ ਜਾਂ ਇਨਵੈਸਟਮੈਂਟ ਕਰਨੀ ਹੈ 20-22 ਮਹਿਕਮਿਆਂ ਕੋਲ ਜਾਣਾ ਪੈਂਦਾ ਅਸੀਂ ਉਹ 20-22 ਮਹਿਕਮਿਆਂ ਨੂੰ ਬੰਦ ਕਰਕੇ ਅਸੀਂ ਇੱਕ ਮਹਿਕਮਾ ਕਰਤਾ ਸੀ ਅਤੇ ਕਾਂਗਰਸ ਸਰਕਾਰ ਨੇ ਵਾਪਸ 20-22 ਮਹਿਕਮੇ ਵਾਪਸ ਖੜ੍ਹੇ ਕਰ ਦਿੱਤੇ ਤੋ ਮਾਹੌਲ ਜਿਹੜਾ ਇਨਵੈਸਟਮੈਂਟ ਦਾ ਸੀ ਆਪਣੇ ਆਪ ਹੀ ਇੰਡਸਟਰੀ ਇੱਥੋਂ ਭੱਜਣ ਲੱਗ ਗਈ ਪਰ ਜਦੋਂ ਦੀ ਭਗਵੰਤ ਬੇਈਮਾਨ ਦੀ ਸਰਕਾਰ ਆਈ ਹੈ ਇਹਨਾਂ ਨੇ ਤਾਂ ਮਾਹੌਲ ਹੋਰ ਖਰਾਬ ਕਰ ਦਿੱਤਾ ਸਭ ਤੋਂ ਵੱਡੀ ਗੱਲ ਹੈ ਲਾਅ ਐਂਡ ਆਰਡਰ ਦੀ ਅੱਜ ਪੰਜਾਬ 'ਚ ਹਾਲਾਤ ਕੀ ਹੈ ਗੈਂਗਸਟਰ ਪੰਜਾਬ ਦੀ ਸਰਕਾਰ ਚਲਾ ਰਹੇ ਹੈ ਕੋਈ ਇੰਡਸਟਰੀ ਪੰਜਾਬ 'ਚ ਲਾਉਣ ਨੂੰ ਤਿਆਰ ਨਹੀਂ ਕਿਉਂਕਿ ਗੈਂਗਸਟਰਾਂ ਦੇ ਫੋਨ ਆ ਜਾਂਦੇ ਹੈ ਤੁਸੀਂ ਦੇਖਿਆ ਹੋਣਾ ਪਿਛਲੇ ਦਿਨ ਕਈ ਪੰਜਾਬ ਦੇ ਇੰਡਸਟਰੀਸਟ ਮਾਨੇ ਤਨੇ ਇੰਡਸਟਰੀਸਟ ਯੂਪੀ ਬਿਹਾਰ ਝਾਰਖੰਡ ਫੈਕਟਰੀਆਂ ਲਾਉਣ ਚਲੇ ਗਏ ਕਿਉਂ ਮੈਂ ਉਹਨਾਂ ਨੂੰ ਟੈਲੀਫੋਨ ਕਰਕੇ ਪੁੱਛਿਆ ਉਹ ਕਹਿੰਦੇ ਸਾਨੂੰ ਰੋਜ਼ ਗੈਂਗਸਟਰਾਂ ਦੇ ਫੋਨ ਆਉਂਦੇ ਹੈ 2-2, 4-4, 5-5 ਕਰੋੜ ਅਸੀਂ ਦੇ ਚੁੱਕੇ ਹਾਂ ਹਲੇ ਵੀ ਨਹੀਂ ਹਟਦੇ ਰੋਜ਼ ਦੇਖ ਲਓ ਕਿਵੇਂ ਕੋਈ ਲੁੱਟਿਆ ਜਾ ਰਿਹਾ ਕੋਈ ਬੈਂਕ ਲੁੱਟਿਆ ਜਾ ਰਿਹਾ ਕੋਈ ਇੱਥੇ ਲੜਕੀਆਂ ਅਤੇ ਉੱਤੇ ਵਾਰ ਕੀਤੇ ਜਾ ਰਹੇ ਹੈ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਵੱਡੀ ਪੰਜਾਬ 'ਚ ਹੋ ਰਹੀ ਹੈ ਪੰਜਾਬ ਸਰਕਾਰ ਐਂ ਲੱਗਦੀ ਨਹੀਂ ਕਿ ਸਰਕਾਰ ਹੈ ਅੱਜ ਪੰਜਾਬ 'ਚ ਅਤੇ ਇਨਵੈਸਟਮੈਂਟ ਕੌਣ ਆਊਗਾ ਮੈਂ ਭਗਵੰਤ ਬੇਈਮਾਨ ਨੂੰ ਪਹਿਲੇ ਗੱਲ ਕਹਿਣਾ ਚਾਹੁੰਦਾ ਇਨਵੈਸਟਮੈਂਟ ਸਮਿਟ ਰੱਖਣ ਤੋਂ ਪਹਿਲੇ ਉਹਨਾਂ ਨੂੰ ਸਭ ਤੋਂ ਪਹਿਲੇ ਲਾਅ ਐਂਡ ਆਰਡਰ ਸਿਚੁਏਸ਼ਨ ਠੀਕ ਕਰੋ ਅੱਜ ਜਿਹੜੀ ਬਿਜਲੀ ਦੀ ਡਿਮਾਂਡ ਹੈ ਉਹ ਕੱਟ ਲੱਗਣ ਲੱਗ ਗਏ ਹੈ ਤੁਸੀਂ ਇੰਡਸਟਰੀਅਲਿਸਟ ਨੂੰ ਝੂਠ ਬੋਲੋਗੇ ਕਿ ਸਾਡੀ ਬਿਜਲੀ ਸਰਪਲਸ ਹੈ ਪਰ ਹੈ ਨਹੀਂ ਪਿਛਲੇ 6 ਸਾਲਾਂ 'ਚ ਇੱਕ ਵੀ ਨਵਾਂ ਯੂਨਿਟ ਬਿਜਲੀ ਦਾ ਪੰਜਾਬ ਸਰਕਾਰ ਨੇ ਨਹੀਂ ਨਵਾਂ ਬਣਾਇਆ ਜਿਵੇਂ ਅਸੀਂ ਥਰਮਲ ਪਲਾਂਟ ਲਾ ਕੇ ਪੰਜਾਬ ਸਰਪਲਸ ਕਰਤਾ ਸੀ ਪਰ ਕਿਉਂਕਿ ਹਰ ਸਾਲ 600 ਮੈਗਾਵਾਟ ਦੀ ਡਿਮਾਂਡ ਵੱਧਦੀ ਹੈ 6 ਸਾਲਾਂ ਦੇ ਅੰਦਰ ਪਿਛਲੇ ਕੈਪਟਨ ਦੀ ਅਤੇ ਹੁਣ ਇਹਨਾਂ ਦੀ ਸਰਕਾਰ 'ਚ 3600 ਮੈਗਾਵਾਟ ਦੀ ਡਿਮਾਂਡ ਵੱਧ ਗਈ ਪਰ ਇਹਨਾਂ ਨੇ ਕੋਈ ਯੂਨਿਟ ਨਹੀਂ ਲਾਇਆ ਹੁਣ ਗਰਮੀਆਂ ਦੇਖੋਗੇ ਕਿੰਨੇ ਕੱਟ ਆਉਣੇ ਹੈ ਤੋ ਤੁਸੀਂ ਫਿਰ ਤੋਂ ਝੂਠ ਬੋਲੋਗੇ ਲੋਕਾਂ ਵਿੱਚ ਨਾਸ਼ਤਾ ਆਜੂਗੀ ਤੋ ਜਿਹੜਾ ਇਨਵੈਸਟ ਪੰਜਾਬ ਰੱਖਿਆ ਚੰਗਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਨਵੈਸਟਮੈਂਟ ਲੈ ਕੇ ਆਓ ਪਰ ਇਨਵੈਸਟਮੈਂਟ ਲਿਆਉਣ ਵਾਸਤੇ ਕਿਤੇ ਜਲੂਸ ਨਾ ਕਢਾ ਦਿਓ ਆਪਣਾ ਸੂਬੇ ਦਾ ਲਾਅ ਐਂਡ ਆਰਡਰ ਦੇਖ ਕੇ ਲੋਕਾਂ 'ਚ ਡਰ ਪੈ ਰਿਹਾ ਲਾਅ ਐਂਡ ਆਰਡਰ ਠੀਕ ਕਰੋ ਬਿਜਲੀ ਪੂਰੀ ਕਰੋ ਅਤੇ ਜਿਹੜੀਆਂ ਦੂਜੀਆਂ ਏਅਰਪੋਰਟ ਅਸੀਂ ਖੋਲ੍ਹੇ ਸੀ ਤੁਹਾਡੀ ਸਰਕਾਰ 'ਤੇ ਆਉਣ ਦੇ ਸਾਰੇ ਬੰਦ ਪਏ ਹੈ ਉਹ ਖੋਲ੍ਹੋ ਜੇ ਤੁਸੀਂ ਪੋਜ਼ੀਟਿਵ ਗੱਲ ਕਰੋਗੇ ਤਾਂ ਹੀ ਇਨਵੈਸਟਮੈਂਟ ਆਊਗੀ ਆਹ ਜਿਹੜਾ ਇਹਨਾਂ ਦਾ ਡਰਾਮਾ ਹੈ ਇਹਨਾਂ ਦੀ ਸੋਚ ਹੈ ਕਿ ਅਖਬਾਰਾਂ 'ਤੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਬੁਲਾ ਕੇ ਚਾਹ ਪਾਣੀ ਪਿਲਾ ਕੇ ਹੁਣ ਪਰਸੋਂ ਚੌਥੇ ਫਿਰ ਤੋਂ ਇਸ਼ਤਿਹਾਰ 'ਚ ਆਜੂਗਾ ਕਿ 1,00,000 ਕਰੋੜ ਦੀ ਅਸੀਂ ਇਨਵੈਸਟਮੈਂਟ ਲਿਆਂਦੀ। A South Asian Canadian channel.